ਇੱਕ ਕਬਾੜ ਦੀ ਦੁਕਾਨ ਦੇ ਵਿੱਚ ਅੱਗ ਦੇ ਭਾਂਬੜ ਉੱਠੇ ਨੇ। ਜੀ ਹਾਂ, ਦੱਸ ਦਈਏ ਕਿ ਜੋ ਦੁਕਾਨ ਦਾ ਮਾਲਕ ਹੈ ਉਸਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਸ਼ਰਾਰਤੀ ਤੱਤ ਦੇ ਵੱਲੋਂ ਇਹ ਸ਼ਰਾਰਤ ਕੀਤੀ ਹੋ ਸਕਦੀ ਹੈ, ਜਿਸ ਦੇ ਕਾਰਨ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਤਾਂ ਵੱਡੀ ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੇਰ ਰਾਤ ਇੱਕ ਕਬਾੜ ਦੀ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਦੇ ਕਾਰਨ ਸਾਰਾ ਹੀ ਸਮਾਨ ਪਿਆ ਸੜ ਕੇ ਸੁਆਹ ਹੋ ਜਾਂਦਾ ਹੈ। ਉੱਥੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਲੋਹੜੀ ਵਾਲੇ ਦਿਨ ਵੀ ਕਿਸੇ ਦੇ ਵੱਲੋਂ ਜਾਣ ਬੁੱਝ ਕੇ ਇਹ ਸ਼ਰਾਰਤ ਕੀਤੀ ਗਈ ਸੀ, ਉਸ ਸਮੇਂ ਵੀ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਸੀ। ਅਤੇ ਹੁਣ ਬੀਤੇ ਦਿਨਾਂ ਫਿਰ ਇੱਕ ਵਾਰ ਤੋਂ ਕਿਸੇ ਸ਼ਰਾਰਤੀ ਤੱਤ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ, ਜਿਸ ਦੇ ਕਾਰਨ ਉਸਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਅੱਗ ਦੀਆਂ ਲਪਟਾਂ ਨੇ ਉਹ ਆਸਮਾਨ ਨੂੰ ਛੂੰਹਦੀਆਂ ਨਜ਼ਰ ਆ ਰਹੀਆਂ ਨੇ। ਅਤੇ ਇਸੇ ਵਿਚਕਾਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਨੇ, ਜਿਨ੍ਹਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਨਾਭਾ ਦੇ ਵਿੱਚ ਇੱਕ ਕਬਾੜ ਦੇ ਗੋਦਾਮ 'ਚ ਅੱਗ ਦੇ ਭਾਂਬੜ ਉੱਠੇ ਨੇ ਅਤੇ ਇਹ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਇੱਕ ਕਬਾੜ ਦੀ ਦੁਕਾਨ ਦੇ ਵਿੱਚ ਅੱਗ ਦੇ ਭਾਂਬੜ ਉੱਠੇ ਨੇ। ਜੀ ਹਾਂ, ਦੱਸ ਦਈਏ ਕਿ ਜੋ ਦੁਕਾਨ ਦਾ ਮਾਲਕ ਹੈ ਉਸਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਿਸੇ ਸ਼ਰਾਰਤੀ ਤੱਤ ਦੇ ਵੱਲੋਂ ਇਹ ਸ਼ਰਾਰਤ ਕੀਤੀ ਹੋ ਸਕਦੀ ਹੈ, ਜਿਸ ਦੇ ਕਾਰਨ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਤਾਂ ਵੱਡੀ ਖਬਰ ਨਾਭਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਦੇਰ ਰਾਤ ਇੱਕ ਕਬਾੜ ਦੀ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਦੇ ਕਾਰਨ ਸਾਰਾ ਹੀ ਸਮਾਨ ਪਿਆ ਸੜ ਕੇ ਸੁਆਹ ਹੋ ਜਾਂਦਾ ਹੈ। ਉੱਥੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਲੋਹੜੀ ਵਾਲੇ ਦਿਨ ਵੀ ਕਿਸੇ ਦੇ ਵੱਲੋਂ ਜਾਣ ਬੁੱਝ ਕੇ ਇਹ ਸ਼ਰਾਰਤ ਕੀਤੀ ਗਈ ਸੀ, ਉਸ ਸਮੇਂ ਵੀ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਸੀ। ਅਤੇ ਹੁਣ ਬੀਤੇ ਦਿਨਾਂ ਫਿਰ ਇੱਕ ਵਾਰ ਤੋਂ ਕਿਸੇ ਸ਼ਰਾਰਤੀ ਤੱਤ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ, ਜਿਸ ਦੇ ਕਾਰਨ ਉਸਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਅੱਗ ਦੀਆਂ ਲਪਟਾਂ ਨੇ ਉਹ ਆਸਮਾਨ ਨੂੰ ਛੂੰਹਦੀਆਂ ਨਜ਼ਰ ਆ ਰਹੀਆਂ ਨੇ। ਅਤੇ ਇਸੇ ਵਿਚਕਾਰ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਨੇ, ਜਿਨ੍ਹਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਤਾਂ ਨਾਭਾ ਦੇ ਵਿੱਚ ਇੱਕ ਕਬਾੜ ਦੇ ਗੋਦਾਮ 'ਚ ਅੱਗ ਦੇ ਭਾਂਬੜ ਉੱਠੇ ਨੇ ਅਤੇ ਇਹ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ। ਦੁਸ਼ਮਣੀ ਕੱਢ ਰਿਹਾ ਮੇਰਾ ਫਰੀ ਦੀ, ਪਹਿਲਾਂ ਲੋਹੜੀ ਵਾਲੇ ਦਿਨ ਲਾ ਗਿਆ ਕੋਈ ਅੱਗ, ਹੁਣ ਅੱਜ ਫਿਰ ਕੋਈ ਅੱਗ ਲਾ ਗਿਆ, ਹੁਣ ਅੱਜ ਕੋਈ ਲੋਹੜੀ ਨੇ ਦੁਸਹਿਰਾ ਨਾ ਕੁਛ। ਕਿਸੇ ਤੇ ਕੋਈ ਸ਼ੱਕ ਹੈ ਜਾਂ ਫਿਰ ਕਿਵੇਂ ਕੋਈ ਕਾਰਨ ਪਤਾ ਲੱਗਿਆ ਵੀ ਕਿਵੇਂ ਲੱਗਿਆ? ਕਾਰਨ ਕੋਈ ਨੀ, ਮੈਨੂੰ ਪਤਾ ਲੱਗ ਰਿਹਾ ਨਾ ਹੁਣ ਦੇਖ ਲਓ। ਕਿ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਵੀ ਅੱਗ ਲੱਗੀ? 10-15 ਮਿੰਟ ਪਹਿਲਾਂ ਪਤਾ ਲੱਗਿਆ। ਅੱਛਾ, ਕਿੰਨਾ ਨੁਕਸਾਨ ਹੋਇਆ ਤੁਹਾਡਾ? 2-2.5 ਲੱਖ ਦਾ ਪਹਿਲਾਂ ਲਗਾਈ ਜਾਂ ਨਾ? ਪਹਿਲਾਂ ਵੀ ਪਤਾ ਨਹੀਂ, ਮੈਂ ਕਿਹਾ ਚੱਲ ਕੋਈ ਲੋਹੜੀ ਤਿਆਰ ਆ, ਕੋਈ ਹੱਥ ਸੇਕਣ ਵਾਸਤੇ ਖੜ ਗਿਆ, ਮੈਨੂੰ ਤਾਂ ਟਾਈਮ ਮੈਨੂੰ ਪਹਿਲਾਂ ਉਹ ਕੀਤਾ। ਇਹਨੂੰ ਦੇ ਦਿਓ। ਸਾਨੂੰ ਇੱਥੋਂ ਫੋਨ ਆਇਆ ਜੀ, ਤੇ ਅਸੀਂ ਫੋਨ ਕਰਿਆ ਨਾਲ ਫੈਰੋਗੋ ਟੀਮ ਨੂੰ ਫੋਨ ਕਰਿਆ, ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਇਹਨਾਂ ਨੇ ਆਉਣ ਸਾਰ, ਬਹੁਤ ਵੱਡੀ ਜਿੱਤ ਤੁਹਾਡੇ ਸਾਹਮਣੇ ਟੀਮ ਹੈ, ਇਹ ਪਹੁੰਚੀ ਹੈ, ਇਹਨਾਂ ਨੇ ਅੱਗ ਤੇ ਕਾਬੂ ਕਰਿਆ, ਫੈਰੋਗੋ ਦਾ ਜੀ ਬਹੁਤ ਧੰਨਵਾਦ ਕਰਦੇ ਹਾਂ। ਕੋਈ ਪਤਾ ਨੀ ਲੱਗਿਆ ਜੀ, ਦੂਜੀ ਵਾਰੀ ਨੁਕਸਾਨ ਹੋ ਗਿਆ ਜੀ, ਇਹ ਕੋਈ ਮੰਨ ਲਓ ਵੀ ਪਤਾ ਨੀ ਲੱਗ ਰਿਹਾ ਜੀ ਕੀ ਕਾਰਨ ਹੈ ਕੀ ਨਹੀਂ ਜੀ, ਟੀਮ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਸਾਡੀ ਟੀਮ ਪਹੁੰਚੀ ਹੈ ਜੀ ਇੱਥੇ।